ਮੈਂ ਤਾਂ ਉਸ ਬੋਰਡ ਚੋੜੂ ਜਿਆ 15 ਦੇ ਹੋ ਗਏ ਮੈਂ ਤਾਂ ਇਧਰ ਆਈ ਨਹੀਂ ਚਲੋ ਜੀ ਖਤਮ ਕਰ ਕਿਸਾਨ ਭਰਾਵੋ ਆ ਤੁਹਾਨੂੰ ਜਿਹੜੀ ਸੁੰਡੀ ਪੈਂਦੀ ਆ ਖਰਚਿਆਂ ਚ ਉਹ ਦਿਖਾਉਣ ਲੱਗਿਆ ਸੰਗਰੇੜੀ ਪਿੰਡ ਤੋਂ ਮੈਂ ਮਨਜੀਤ ਸਿੰਘ ਪ੍ਰਧਾਨ ਬੋਲਦਾ ਬੀਕੇ ਜੂ ਇਕਤਾ ਉਗਰਾਹਾਂ ਦਾ ਬਲਾਕ ਪਹਾਨੀਗੜ ਤੋਂ ਆਹ ਦੇਖੋ ਸੁੰਡੀ ਜਿਹੜੇ ਕਿਸਾਨ ਇਹ ਗੱਲਾਂ ਕਹਿੰਦੇ ਇਹਨਾਂ ਨਾਲ ਵੀ ਸੰਤਾ 5 ਸਾਲ ਹੋ ਗਏ ਜੀ ਇਸਦਾ ਖਰਚਿਆਂ ਚ ਬਾਹ ਕੇ ਕਣਕ ਬੀਜਦੇ ਆ ਅੱਜ ਆ ਸੁੰਡੀ ਨੇ ਕਿਸਾਨਾਂ ਦੀ ਤਬਾਹੀ ਮਚਾਤੀ ਤਬਾਹੀ ਬਹੁਤ ਬਹੁਤ ਆ ਜਿਹੜੇ ਆ ਤੁਹਾਨੂੰ ਦਿਖਾ ਰਿਹਾ ਦੇਖੋ ਆ ਦੇ ਲੋ ਜੀ ਖੇਤ ਖਾਲੀ ਬਿਲਕੁਲ ਖੇਤ ਖਾਲੀ ਪਿਆ ਸਾਰਾ ਇਹ ਘੱਟੋ ਘੱਟ ਮੈਨੂੰ ਲੱਗਦਾ ਵੀ ਇਹਨਾਂ ਦੇ ਉਰੇ 20 ਕਿਲੇ 20 22 ਕਿਲੇ ਨੇ ਜਿਹੜੀਆਂ ਦੌਗੀ ਦੌਗੀਆਂ ਕਣਕਾਂ ਰਹਿ ਗਈਆਂ ਬਾਕੀ ਸਾਰੀਆਂ ਖਾਲੀਆਂ ਆ ਦੂਰ ਤੱਕ ਦੇਖੋ ਨਿਗਾਹ ਮਾਰੋ ਆ ਇਧਰ ਮੰਗਲੇ ਦੇਖੋ ਇਹ ਚੁਗਦੇ ਗੁੰਡੇ ਕਰਾਚੋਂ ਖੇਤੀਬਾੜੀ ਵਾਲੇ ਬੁਲਾਏ ਨੇ ਸ਼ਰਮਨਾਕ ਗੱਲ ਆ ਜਿਹਦਾ ਜਵਾਬ ਹੀ ਕੋਈ ਨਹੀਂ ਕੋਈ ਜਵਾਬ ਹੀ ਨਹੀਂ ਦੇ ਸਕੇ ਜਦੋਂ ਪੁੱਛਿਆ ਸੀ ਨੇ ਇਧਰ ਨੂੰ ਆ ਜਦੋਂ ਅਸੀਂ ਪੁੱਛਿਆ ਖੇਤੀਬਾੜੀ ਵਾਲਿਆਂ ਨੂੰ ਵੀ ਇਹਦਾ ਕੀ ਇਲਾਜ ਕਰੀਏ ਉਹਨਾਂ ਕੋਲੇ ਠੋਸ ਕੋਈ ਜਵਾਬ ਨਹੀਂ ਕਦੇ ਤਾਂ ਉਹ ਕਹਿੰਦੇ ਨੇ ਗੈਰ ਜ਼ਿੰਮੇਵਾਰੀ ਵਾਲੀਆਂ ਗੱਲਾਂ ਕਰਦੇ ਨੇ ਉਹ ਕਹਿੰਦੇ ਵੀ ਜਿਹੜਾ ਇਹਦਾ ਤੁਸੀਂ ਸਪਰੇਅ ਹੈ ਜਿਹੜੀ ਉਹ ਪਹਿਲਾਂ ਕਰਤੀ ਜੀ ਇਹਦਾ ਕੋਈ ਜਵਾਬ ਨਹੀਂ ਆਹ ਸਾਰੀ ਕਣ ਕਹਿੰਦਾ ਹਰਜਾਨਾ ਕੌਣ ਭਰੂਗਾ ਤਾਂ ਹੀ ਜਥੇਬੰਦੀਆਂ ਭਰਾਵੋ ਅੱਗ ਲਗਾਉਂਦੀਆਂ ਨੇ ਅੱਗ ਬਿਨਾ ਸਾਡਾ ਕੋਈ ਇਲਾਜ ਨਹੀਂ ਅੱਜ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹ ਚੀਪ ਜਿਹੜਾ ਸਾਡੇ ਦੇ ਘਰਾਚੋਂ ਪਰਚੇ ਕਰਕੇ ਗਿਆ ਅੱਜ ਉਹ ਕਿੱਥੇ ਹੈ ਅੱਜ ਜੋ ਆ ਕੇ ਇੱਥੇ ਇਹਦਾ ਹਰਜਾਨਾ ਭਰ ਸਕਦਾ ਜਿਹੜੇ ਸਾਡੇ ਦੇ ਪਰਚੇ ਕੀਤੇ ਨੇ ਲੋਕਾਂ ਤੇ ਇਹਨਾਂ ਨੇ ਮਤਲਬ ਅਤਿਆਚਾਰ ਕਰਦੇ ਰਹੇ ਨੇ ਕੰਪੈਨਾਂ ਤੱਕ ਪਰਚੇ ਦਿੱਤੇ ਨੇ ਇਹਨਾਂ ਨੇ ਇਹਦਾ ਕੀ ਜਵਾਬ ਹੈ ਇਹਨਾਂ ਇਹਦੀ ਪ੍ਰਭਾਈ ਕਹੇ ਕਿਸਾਨਾਂ ਦੀ ਪ੍ਰਭਾਈ ਕੌਣ ਕਰੂਗਾ ਆ ਦੇਖੋ ਹਾਂ ਇਹਨੂੰ ਕੌਣ ਸਮਝਾ ਆ ਜਿਹੜੀ ਸੁੰਡੀ ਅਸੀਂ ਚੁਗਦੇ ਆਂ ਅੱਜ ਬੰਗਲੇ ਇੱਥੇ ਮਤਲਬ ਸੁੰਡੀਆਂ ਚੁਗਦੇ ਫਿਰਦੇ ਨੇ ਕਿਸਾਨਾਂ ਦੀ ਬਰਬਾਦੀ ਲਿਆਤੀ ਪਹਿਲਾਂ ਜੀਰੀਆਂ ਘਟ ਨਿਕਲੀਆਂ ਨੇ ਹੁਣ ਕਣਕਾਂ ਮਰ ਗਈਆਂ ਦਾ ਜ਼ਿੰਮੇਵਾਰ ਕੌਣ ਹੈ ਇਸ ਕਰਕੇ ਕਿਸਾਨ ਭਰਾਵੋ ਜਿਹੜੇ ਤੁਸੀਂ ਨਾ ਸਰਕਾਰ ਕਨੀ ਖੜਦੇ ਹੋ ਜਿਹੜੇ ਕਹਿੰਦੇ ਹੋ ਵੀ ਸਾਨੂੰ ਤਾਂ 4 ਸਾਲ ਹੋ ਗਏ 5 ਸਾਲ ਹੋ ਗਏ ਜੀ ਮਤਲਬ ਕਣਕ ਬੀਜਦਿਆਂ ਨੂੰ ਬਾਹ ਕੇ ਉਹ ਇਹਦਾ ਜਵਾਬ ਦੇਣ ਜਿਹੜੇ ਕਿਸਾਨ ਸਰਕਾਰ ਦੀ ਪੱਖ ਚ ਖੜਦੇ ਨੇ ਤੁਸੀਂ ਸਰਕਾਰ ਦੇ ਪਿੱਠੂ ਨਾ ਬਣਿਆ ਕਰੋ ਜਥੇਬੰਦੀਆਂ ਕਮਲੀਆਂ ਨਹੀਂ ਹੈਗੀਆਂ ਜਿਹੜੀ ਗੱਲ ਪਿੱਛੇ ਜਥੇਬੰਦੀਆਂ ਲੜਦੀਆਂ ਪਹਿਲਾਂ ਜਥੇਬੰਦੀਆਂ ਉਹ ਗੱਲ ਨੂੰ ਕੱਢ ਕੇ ਨਹੀਂ ਹੁੰਦੀਆਂ ਵੀ ਇਹਦਾ ਨੁਕਸਾਨ ਹੈ ਆ ਬਹੁਤ ਵੱਡਾ ਨੁਕਸਾਨ ਹੈ ਕਿਸਾਨ ਦਾ ਕੱਲ ਸੁਖਵੀਰ ਸਪਰੇਅ ਕਰਾਚੋਂ ਕਰਾਚੋਂ ਅਸੀਂ ਵੱਡੇ ਪੱਧਰ ਤੇ ਕਾਫੀ ਵਾਹਣ ਦਿਖਾਇਆ ਹੈ ਅੱਜ ਅਸੀਂ ਸੰਗਰੇੜੀ ਪਿੰਡ ਚ ਖੜੇ ਆਂ ਇਹ ਮਖਤਿਆਰ ਸਿੰਘ ਦਾ ਬਹਾਨਾ ਹੈ ਸਪਰੇ ਵੀ ਕਰੀ ਹੋਈ ਹੈ ਬਿਲਕੁਲੇ ਖਾਲਿਆ ਇਹਨਾਂ ਦੇ 20-22 ਕੀਲੇ ਨੇ ਜਿਹੜੇ ਇਹਨਾਂ ਨੂੰ ਦੁਬਾਰੇ ਵਾਹ ਕੇ ਬੀਜਣੇ ਪੈਣਗੇ ਦਾ ਜ਼ਿੰਮੇਦਾਰ ਕੌਣ ਹੈ ਦਾ ਜ਼ਿੰਮੇਦਾਰ ਸਰਕਾਰ ਹੈ ਇੱਥੇ ਦਾ ਖੇਤੀਬਾੜੀ ਜਿਹੜਾ ਚੀਪ ਹੈ ਉਹ ਜ਼ਿੰਮੇਦਾਰ ਹੈ ਜਿਹੜਾ ਆਪ ਪਿੰਡਾਂ 'ਚ ਫਿਰਕੇ ਪਰਚੇ ਦਬਾਉਂਦਾ ਰਿਹਾ ਹੈ ਇਹ ਸੋਸ਼ਲ ਮੀਡੀਆ ਤੇ ਤੁਸੀਂ ਜਿਹੜੀ ਖਬਰ ਦੇਖ ਰਹੇ ਹੋ ਭਰਾਵੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਉਹ ਲੋਕਾਂ ਕੋਲੇ ਪਹੁੰਚੇ ਜਿਹੜੇ ਲੋਕ ਸਰਕਾਰ ਦੇ ਪਿੱਠੂ ਬਣ ਕੇ ਇਹ ਗੱਲਾਂ ਕਰਦੇ ਨੇ ਵੀ ਸਾਨੂੰ ਤਾਂ 4 ਸਾਲ 5 ਸਾਲ ਹੋ ਗਏ ਜੀ ਪ੍ਰਧਾਨ ਜੀ ਤੁਸੀਂ ਤਾਂ ਐਵੇਂ ਹੀ ਅੱਗਾਂ ਲਵਾਈ ਜਾਂਦੇ ਹੋ ਐਵੇਂ ਅੱਗਾਂ ਨਹੀਂ ਲਮਾਉਂਦੇ ਜਥੇਬੰਦੀ ਦੀ ਵੱਡੇ ਪੱਧਰ ਤੇ ਲੋੜ ਪਊਗੀ ਐਸੇ ਕਰਕੇ 11 ਤਰੀਕ ਦਾ ਐਸੇ ਸਬੰਧ ਚ ਚੀਪ ਦੇ ਬਾਜ਼ਾਰ ਚ ਅਸੀਂ ਧਰਨਾ ਦੇ ਦੇਣ ਜਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਜਿਹੜੀਆਂ ਕਣਕਾਂ ਖਾਧੀਆਂ ਨੇ ਦੀ ਪਰਵਾਈ ਹੋ ਸਕੇ ਅਸੀਂ ਇਹਦੀ ਮੰਗ ਰੱਖੀ ਆ ਵੀ ਜਿਹੜੀਆਂ ਕਣਕਾਂ ਮਰੀਆਂ ਨੇ ਇਹਨਾਂ ਦੀ ਪਰਵਾਈ ਕਰਨ ਇਹ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਹਰੇਕ ਬੰਦੇ ਕੋਲੇ ਪਹੁੰਚੇ ਭਰਾਓ ਇਹਦਾ ਪਤਾ ਲੱਗਿਆ ਦੇਖੋ ਆ ਦੁਬਾਰੇ ਤੁਹਾਨੂੰ ਫੇਰ ਦਿਖਾਉਨੇ ਆ ਸੁੰਡ ਨੇ ਜਿਹੜੇ ਇਹਦਾ ਕੀ ਕਰੀਏ ਅਸੀਂ ਜੜ ਤੋਂ ਖਾਰੇ ਨਹੀਂ ਕਣਕ ਨੂੰ ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ